ਉਹਨਾਂ ਦੀ ਲੱਤ ਵੱਢਤੀ ਆ। ਲੱਤ ਵੱਢ ਕੇ ਥੱਲੜਾ ਹਿੱਸਾ ਜਿਹੜਾ ਉਹ ਨਾਲ ਹੀ ਲੈ ਗਏ ਆ, ਅਤੇ ਉਹਨਾਂ ਦੇ ਹੱਥ 'ਤੇ ਵੀ ਸੱਟਾਂ ਲੱਗੀਆਂ। ਉਹ ਆਪਣਾ ਬਚਾਅ ਕਰਦੇ ਰਹੇ ਆ ਅਤੇ ਉਹਨਾਂ ਦੇ ਹੱਥ 'ਤੇ ਵੀ ਸੱਟਾਂ ਲੱਗੀਆਂ। ਹੁਣ ਹੋਸਪਿਟਲ ਦੇ ਵਿੱਚ ਉਹਨਾਂ ਦਾ ਇਲਾਜ ਚੱਲਣ ਡਿਆ ਵਾ। ਗ੍ਰੰਥੀ ਸਿੰਘ ਨੂੰ ਕੋਈ ਨਾ ਵੱਢ ਕੇ ਅਤੇ ਉਹਦੀ ਲੱਤ ਲੁੱਤੇ ਸੱਟ ਲਾ ਕੇ ਚਲਾ ਗਿਆ ਵਾ। ਇਹ ਮੰਗ ਕਰਦੇ ਆ ਕਿ ਗਾੜੀ ਸਾਡੇ ਬੱਚੇ ਆ, ਉਹਨਾਂ ਦੇ ਵਿੱਚ ਖੌਫ ਪੈਦਾ ਹੁੰਦਾ ਵਾ। ਅੱਗੇ ਕਦੀ ਸਾਡੇ ਇਹੋ ਜਿਹੀ ਕੋਈ ਵਾਰਦਾਤ ਨਹੀਂ ਹੋਈ। ਸਾਨੂੰ ਜਲਦ ਤੋਂ ਜਲਦ ਇਨਸਾਫ ਚਾਹੀਦਾ, ਜਿਹੜੇ ਮੁਜਰਮ ਉਹ ਫੜੇ ਜਾਣੇ ਚਾਹੀਦੇ ਆ। ਸਵੇਰੇ ਅਰਲੀ ਮੋਰਨਿੰਗ ਅਸੀਂ ਜਾ ਕੇ ਉੱਥੇ ਸਰਚ ਕੀਤੀ ਹੈ, ਪਰ ਅਜੇ ਤੱਕ ਸਾਨੂੰ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਮਿਲੀ। ਪਰ ਫਿਰ ਵੀ ਜਿਹੜੇ ਇਹਦੀ ਸਟੇਟਮੈਂਟ ਤੋਂ ਬਾਅਦ ਹੀ ਜਿਹੜੀ ਇਹ ਗੱਲ ਸਾਹਮਣੇ ਆ ਸਕਦੀ ਵੀ ਹਮਲਾਵਰ ਕੌਣ ਸਨ ਅਤੇ ਜਾਂ ਕਿੱਥੋਂ ਆਏ ਸਨ। ਇਤਿਹਾਸਕ ਕਸਬਾ ਖਡੂਰ ਸਾਹਿਬ ਵਿਖੇ ਕੁਝ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸੋ ਇੱਕ ਗ੍ਰੰਥੀ ਸਿੰਘ ਜਿਹੜਾ ਕਿ ਖਡੂਰ ਸਾਹਿਬ ਦਾ ਵਸਨੀਕ ਸੀ, ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਕਰਨ ਦੇ ਲਈ ਪਿੰਡ ਬਾਣੀਆਂ ਵਿਖੇ ਜਾਂਦਾ ਹੈ ਅਤੇ ਉਸਨੂੰ ਰਸਤੇ ਦੇ ਵਿੱਚ ਘੇਰ ਕੇ ਕੁਝ ਅਣਪਛਾਤੇ ਹਥਿਆਰਬੰਦ ਜਿਹੜੇ ਵਿਅਕਤੀ ਨੇ ਉਹਨਾਂ ਵੱਲੋਂ ਉਹਦੀ ਵੱਢ ਫੱਟ ਕੀਤੀ ਜਾਂਦੀ ਆ। ਸੋ ਇਹ ਘਟਨਾ ਜਿਹੜੀ ਆ ਬਿਲਕੁਲ ਬਿਜਲੀ ਘਰ ਦੇ ਗੇਟ ਦੇ ਸਾਹਮਣੇ ਜਿਹੜੀ ਵਾਪਰਦੀ ਆ। ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਨਾਲ ਇੱਥੇ ਜਿਹੜਾ ਖੂਨ ਡੁੱਲਿਆ ਆ। ਸੋ ਸਥਾਨਕ ਲੋਕ ਵੀ ਇੱਥੇ ਮੌਕੇ 'ਤੇ ਪੁੱਜੇ ਹੋਏ ਨੇ, ਮੌਕਾ ਦੇਖਣ ਲਈ ਪੁੱਜੇ ਹੋਏ ਨੇ। ਸੋ ਇਸ ਗ੍ਰੰਥੀ ਸਿੰਘ ਦੀ ਸ਼ਨਾਖਤ ਸੁਖਚੈਨ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਆ। ਸੋ ਵੱਡੀ ਘਟਨਾ ਨੂੰ ਅੰਜਾਮ ਬੀਤੀ ਦੇਰ ਸ਼ਾਮ ਜਿਹੜਾ ਕੁਝ ਹਥਿਆਰਬੰਦ ਜਿਹੜੇ ਵਿਅਕਤੀ ਨੇ ਉਹਨਾਂ ਵੱਲੋਂ ਜਿਹੜੇ ਦਿੱਤਾ ਗਿਆ। ਸੋ ਜਿਹੜਾ ਗ੍ਰੰਥੀ ਸਿੰਘ ਆ ਉਸ ਨੂੰ ਜਿਹੜਾ ਵਾ ਉਸਦੀ ਜਿਹੜੀ ਇੱਕ ਲੱਤ ਕੱਟ ਕੇ ਜਿਹੜੇ ਨੇ ਇਹ ਹਮਲਾਵਰ ਉਹ ਨਾਲ ਲੈ ਗਏ ਨੇ। ਸੋ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਆ ਇਸ ਮਾਮਲੇ ਦੀ ਪੂਰੀ ਤਰ੍ਹਾਂ ਤਫਤੀਸ਼ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਇੱਥੇ ਮੌਕੇ 'ਤੇ ਵੀ ਪਹੁੰਚਿਆ ਹੋਇਆ। ਸੋ ਪਰਿਵਾਰ ਦੇ ਨਾਲ ਸੰਪਰਕ ਕੀਤਾ ਗਿਆ। ਸੋ ਜਿਹੜਾ ਜ਼ਖਮੀ ਵਿਅਕਤੀ ਆ ਇਸ ਨੂੰ ਇਲਾਜ ਦੇ ਲਈ ਇੱਥੋਂ ਜਿਹੜਾ ਅੰਮ੍ਰਿਤਸਰ ਭੇਜ ਦਿੱਤਾ ਗਿਆ। ਸੋ ਆਓ ਆਪਾਂ ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ। ਪਤਾ ਹੀ ਨਹੀਂ ਲੱਗਾ ਭਾਅ ਜੀ ਸਾਨੂੰ, ਭਾਅ ਜੀ ਤਾਂ ਅੱਗੇ ਰੋਜ਼ ਡਿਊਟੀ ਤੋਂ ਆਉਂਦੇ ਆ ਅਤੇ ਆਉਂਦਿਆਂ ਕਿਸੇ ਨੇ ਉਹਨਾਂ 'ਤੇ ਹਮਲਾ ਕੀਤਾ ਬਿਜਲੀ ਘਰ 'ਤੇ ਲੱਗੇ। ਪਤਾ ਨਹੀਂ ਲੱਗਾ ਭਾਅ ਜੀ ਸਾਨੂੰ ਕਿਹਦੇ ਨਾਲ ਕੀਤਾ ਵਾ, ਕਿੱਥੇ ਸੱਟਾਂ ਲਾਈਆਂ। ਲੱਤ ਉਹਨਾਂ ਦੀ ਵੱਢ ਕੇ ਲੈ ਗਏ ਆ। ਕਿੱਥੇ ਲਾ ਚੱਲਦਾ ਭਾਅ ਉਹਨਾਂ ਦਾ? ਅੰਮ੍ਰਿਤਸਰ ਹਸਪੀਟਲ। ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋਲ? ਅਸੀਂ ਤੇ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਕਿ ਗਾੜੀ ਸਾਡੇ ਬੱਚੇ ਆ, ਉਹਨਾਂ ਦੇ ਵਿੱਚ ਖੌਫ ਪੈਦਾ ਹੁੰਦਾ ਵਾ। ਅੱਗੇ ਕਦੀ ਸਾਡੇ ਇਹੋ ਜਿਹੀ ਕੋਈ ਵਾਰਦਾਤ ਨਹੀਂ ਹੋਈ। ਸਾਨੂੰ ਜਲਦ ਤੋਂ ਜਲਦ ਇਨਸਾਫ ਚਾਹੀਦਾ, ਜਿਹੜੇ ਮੁਜਰਮ ਉਹ ਫੜੇ ਜਾਣੇ ਚਾਹੀਦੇ ਆ। ਅਸੀਂ ਡੈਡੀ ਮੇਰੇ ਗੁਰਦੁਆਰਾ ਪਿੰਡ ਬਾਣੀਆਂ ਡਿਊਟੀ ਕਰਦੇ ਸੀਗੇ, ਸਵੇਰੇ ਸ਼ਾਮ ਜਾਂਦੇ ਸੀਗੇ, ਸ਼ਾਮਾਂ ਰਹਿਰਾ ਸਾਹਿਬ ਕਰਕੇ ਘਰ ਨੂੰ ਆਉਂਦੇ ਸੀਗੇ ਅਤੇ ਬਿਜਲੀ ਘਰ ਦੇ ਕੋਲ ਕੁਛ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ 'ਤੇ ਹਮਲਾ ਕੀਤਾ ਗਿਆ ਵਾ। ਉਹਨਾਂ ਦੀ ਲੱਤ ਵੱਢਤੀ ਆ, ਲੱਤ ਵੱਢ ਕੇ ਥੱਲੜਾ ਹਿੱਸਾ ਜਿਹੜਾ ਉਹ ਨਾਲ ਹੀ ਲੈ ਗਏ ਆ ਅਤੇ ਉਹਨਾਂ ਦੇ ਹੱਥ 'ਤੇ ਵੀ ਸੱਟਾਂ ਲੱਗੀਆਂ। ਉਹ ਆਪਣਾ ਬਚਾਅ ਕਰਦੇ ਰਹੇ ਆ ਅਤੇ ਉਹਨਾਂ ਦੇ ਹੱਥ 'ਤੇ ਵੀ ਸੱਟਾਂ ਲੱਗੀਆਂ। ਹੁਣ ਹੋਸਪਿਟਲ ਦੇ ਵਿੱਚ ਉਹਨਾਂ ਦਾ ਇਲਾਜ ਚੱਲਣ ਡਿਆ ਵਾ। ਕਿਹੜੇ ਹਸਪਤਾਲ? ਹਰਗੁਣ ਹੋਸਪਿਟਲ। ਕਿੱਥੇ? ਅੰਮ੍ਰਿਤਸਰ। ਕੀ ਦੱਸਦੇ ਹੁਣ ਸਥਿਤੀ ਕੀ ਉਹਨਾਂ ਦੀ? ਸਥਿਤੀ ਓਪਰੇਸ਼ਨ ਉਹਨਾਂ ਨੇ ਲੱਤ ਦਾ ਕਰਤਾ, ਹੁਣ ਹੱਥ ਦਾ ਕਰਦੇ ਪਏ ਆ। ਕੀ ਮੰਗ ਕਰਨੀ ਚਾਹੁੰਦੇ ਪ੍ਰਸ਼ਾਸਨ ਕੋਲ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਾਨੂੰ ਨਿਆਂ ਮਿਲੇ। ਤੇ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਆ ਤੇ ਪੂਰੀ ਮਾਮਲੇ ਸੰਬੰਧੀ ਜਾਣਕਾਰੀ ਲੈਂਦੇ ਆ ਕਿ ਕੀ ਅਸਲ ਵਜ੍ਹਾ ਰੰਜਸ ਕੀ ਸੀ ਕਿ ਜਿਹੜਾ ਇਸ ਵਿਅਕਤੀ ਨੂੰ ਇਹਨਾਂ ਬੇਕਿਰਕੀ ਦੇ ਨਾਲ ਜਿਹੜੀ ਇਹਦੀ ਲੱਤ ਜਿਹੜੀ ਆ ਕੱਟੀ ਗਈ ਆ। ਮਾਮਲਾ ਇੱਦਾਂ ਜੀ, ਸਾਨੂੰ ਪਬਲਿਕ ਨਾਲ ਪਤਾ ਲੱਗਾ ਸੀ ਵੀ ਉੱਥੇ ਕਿਸੇ ਗ੍ਰੰਥੀ ਸਿੰਘ ਨੂੰ ਕੋਈ ਨਾ ਵੱਢ ਕੇ ਅਤੇ ਉਹਦੀ ਲੱਤ ਲੁੱਤੇ ਸੱਟ ਲਾ ਕੇ ਚਲਾ ਗਿਆ ਵਾ। ਅਤੇ ਅਸੀਂ ਜਦੋਂ ਉਹਦੇ ਮੌਕੇ 'ਤੇ ਗਏ ਹਾਂ, ਉੰਨੀ ਦੇਰ ਨੂੰ ਉਹਦਾ ਪਰਿਵਾਰਕ ਮੈਂਬਰ ਉਹਨੂੰ ਜਿਹੜੇ ਹੋਸਪਿਟਲ ਲੈ ਗਿਆ ਸੀ ਅਤੇ ਹੋਸਪਿਟਲ ਲਿਜਾਣ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਇਹਨੂੰ ਲੈ ਕੇ ਆਏ ਜੀ ਆਪਣੇ ਸਿਵਲ ਹੋਸਪਿਟਲ ਖਡੂਰ ਸਾਹਿਬ, ਅਤੇ ਉਸ ਤੋਂ ਬਾਅਦ ਇਹਨਾਂ ਨੇ ਰੈਫਰ ਕਰ ਦਿੱਤਾ ਸੀ ਉਹਨੂੰ ਅੰਮ੍ਰਿਤਸਰ ਦਾ। ਅਤੇ ਹੁਣ ਪਤਾ ਲੱਗਾ ਵੀ ਉਹ ਕਿਸੇ ਨਿੱਜੀ ਹੋਸਪਿਟਲ ਹਰਗੁਣ ਹੋਸਪਿਟਲ ਨਾਂ ਦਾ ਹੋਸਪਿਟਲ ਉੱਥੇ ਐਡਮਿਟ ਹੈ। ਪਰਿਵਾਰ ਕਹਿੰਦਾ ਕਿ ਜਿਹੜੇ ਹਮਲਾਵਰ ਆਏ ਉਹ ਜਿਹੜੇ ਲੱਤ ਕੱਟ ਕੇ ਨਾਲ ਹੀ ਲੈ ਗਏ ਆ, ਵੀ ਲੱਤ ਵੀ ਆਪਾਂ ਜਦੋਂ ਤਲਾਸ਼ੀ ਲੈਣ ਚਲਾਈ ਵੀ ਮਿਲੀ ਲੱਤ ਉਹਨਾਂ ਦੀ? ਅੱਜ ਰਾਤ ਵੀ ਅਸੀਂ ਸਾਡੇ ਸੀਨੀਅਰ ਅਫਸਰ ਵੀ ਆਏ ਸੀ ਅਤੇ ਅਸੀਂ ਵੀ ਸਾਰੀ ਪੁਲਿਸ ਪਾਰਟੀ ਨੇ ਲਾਗੇ ਜਾ ਕੇ ਸਰਚ ਕੀਤੀ ਹੈ, ਪਰ ਅਜੇ ਤੱਕ ਨਹੀਂ ਮਿਲੀ। ਫਿਰ ਸਵੇਰੇ ਅਰਲੀ ਮੋਰਨਿੰਗ ਅਸੀਂ ਜਾ ਕੇ ਉੱਥੇ ਸਰਚ ਕੀਤੀ ਹੈ, ਪਰ ਅਜੇ ਤੱਕ ਸਾਨੂੰ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਮਿਲੀ। ਪਰ ਫਿਰ ਵੀ ਜਿਹੜੇ ਇਹਦੀ ਸਟੇਟਮੈਂਟ ਤੋਂ ਬਾਅਦ ਹੀ ਜਿਹੜੀ ਇਹ ਗੱਲ ਸਾਹਮਣੇ ਆ ਸਕਦੀ ਵੀ ਹਮਲਾਵਰ ਕੌਣ ਸਨ ਅਤੇ ਜਾਂ ਕਿੱਥੋਂ ਆਏ ਸਨ। ਕਿੱਥੇ ਸਰ ਇਹ ਘਟਨਾ ਜਿਹੜੀ ਘਟੀ ਹੈ? ਇਹ ਗੁਰੂ ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਜਿਹੜਾ ਸਕੂਲ ਆ ਉਹਦੇ 'ਤੇ ਇੱਕ ਬਿਜਲੀ ਘਰ ਦੀ ਜਿਹੜੀ ਆ ਉਹ ਗੇਟ ਆ ਉਹਦੇ ਬਿਲਕੁਲ ਸਾਹਮਣੇ ਆ, ਇੱਕ ਸੁੰਨਸਾਨ ਜਗ੍ਹਾ ਵਾ ਜਿੱਥੇ ਜਾ ਕੇ ਉਹਨੂੰ ਇਹ ਗੱਲ ਉਹਦੇ 'ਤੇ ਹਮਲਾ ਹੋਇਆ। ਕੀ ਕਾਰਵਾਈ ਕੀਤੀ ਜਾ ਰਹੀ ਆ?
फिलहाल अजे तक किसी ने कोई स्टेटमेंट नहीं दी। असी हुण हरगुण हॉस्पिटल जा रहे हैं तो उत्थों स्टेटमेंट लैन तो बाद जो भी उन्होंने स्टेटमेंट होगी उसके मुताबिक जिहड़ा वा कार्रवाई अमल लैंदी जाए। श्री खडूर साहब तो कैमरामैन सोनू फतेहवाद नाल मान सिंह स्पोक्समैन टीवी।